ਕਿਉਂ ਗਿਆ, ਕਨਫਿਊਜ਼ ਕਿਉਂ ਬੈਠੇ ਹੋ? ਸਰ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇਹਨਾਂ ਨੇ ਕਿਹਾ ਇਟਸ ਰਾਈਟ, ਮਤਲਬ ਮੈਨੂੰ ਲੱਗਦਾ ਰਾਈਟ ਦਾ ਮਤਲਬ ਤਾਂ ਇਹੀ ਹੁੰਦਾ ਕਿ ਇਹ ਸਹੀ ਆ, ਬਟ ਇਹਨਾਂ ਨੇ ਕੁਝ ਹੋਰ ਹੀ ਕਿਹਾ, ਮੈਨੂੰ ਸਮਝ ਨਹੀਂ ਆਇਆ ਇਹਨਾਂ ਦਾ ਕੁਝ। ਸੈਂਟੈਂਸ ਕੀ ਸੀ ਸਾਰਾ, ਦੁਬਾਰਾ ਬੋਲੋਗੇ? ਇਟਸ ਅਵਰ ਰਾਈਟ। ਇਟਸ ਅਵਰ ਰਾਈਟ, ਹਾਂਜੀ। ਓਕੇ, ਦੇਖੋ ਰਾਈਟ ਦਾ ਮਤਲਬ ਪੰਜਾਬੀ ਵਿੱਚ ਤਾਂ ਆਪਾਂ ਸਹੀ ਵੀ ਕਹਿੰਦੇ ਹਾਂ, ਹਾਂਜੀ, ਬਟ ਇਹਦੇ ਹੋਰ ਵੀ ਮਤਲਬ ਹੁੰਦੇ ਆ। ਅੱਛਾ, ਠੀਕ ਹੈ, ਇੱਥੇ ਇਹਦਾ ਮਤਲਬ ਮੇਰੇ ਹਿਸਾਬ ਨਾਲ ਸਹੀ ਨਹੀਂ ਬਣ ਰਿਹਾ। ਅੱਛਾ ਜੀ, ਠੀਕ ਹੈ, ਚਲੋ ਸਮਝਾਉਂਦੇ ਹਾਂ ਫਿਰ ਮੈਂ ਤੁਹਾਨੂੰ। ਚਲੋ ਠੀਕ ਹੈ ਜੀ। ਹਾਂਜੀ, ਸੋ ਜਿਵੇਂ ਹੁਣ ਇਹ ਬੱਚੇ ਨੂੰ ਕਾਫੀ ਪ੍ਰੋਬਲਮ ਫੇਸ ਹੋ ਰਹੀ ਸੀ ਰਾਈਟ ਦੇ ਮੀਨਿੰਗ ਨੂੰ ਜਾਣਨ ਵਿੱਚ, ਸੋ ਇਸ ਤਰ੍ਹਾਂ ਕਾਫੀ ਸਾਰੇ ਸਟੂਡੈਂਟਸ ਨੂੰ ਇਹ ਪ੍ਰੋਬਲਮ ਫੇਸ ਹੁੰਦੀ ਹੈ ਵੀ ਕਿਸ ਸਪੈਲਿੰਗ ਦਾ ਕਿਹੜਾ ਮਤਲਬ ਰਹੂਗਾ। ਇਹਨਾਂ ਨੂੰ ਇੰਗਲਿਸ਼ ਵਿੱਚ ਆਪਾਂ ਕਹਿੰਦੇ ਹਾਂ ਕਨਫਿਊਜ਼ਿੰਗ ਵਰਡਸ। ਸੋ ਇਹ ਕਨਫਿਊਜ਼ਨ ਕਿਵੇਂ ਅਰਾਈਜ਼ ਹੁੰਦੀ ਹੈ? ਕਿਉਂਕਿ ਇਹਨਾਂ ਦੇ ਸਪੈਲਿੰਗ ਸਮਵਟ ਸਿਮਿਲਰ ਹੁੰਦੇ ਆ, ਔਰ ਸਮਟਾਈਮਸ ਇਹਨਾਂ ਦੀ ਪ੍ਰੋਨੰਸ਼ੀਏਸ਼ਨ ਸਿਮਿਲਰ ਹੁੰਦੀ ਆ। ਫੋਰ ਐਗਜ਼ਾਮਪਲ, ਜੇ ਆਪਾਂ ਰਾਈਟ ਨੂੰ ਹੀ ਲੈ ਕੇ ਚੱਲੀਏ ਤਾਂ ਇਹਦੀ ਪ੍ਰੋਨੰਸ਼ੀਏਸ਼ਨ ਦਾ ਸੇਮ ਹੀ ਆ, ਬਟ ਇਹਦਾ ਜਿਹੜੇ ਸਪੈਲਿੰਗ ਜਾਂ ਫਿਰ ਇਹਨਾਂ ਦੇ ਪੰਜਾਬੀ ਵਿੱਚ ਮੀਨਿੰਗ ਚੇਂਜ ਹੋ ਜਾਂਦੇ ਆ। ਸੋ ਆਪਾਂ ਚੱਲਦੇ ਹਾਂ, ਸ਼ੁਰੂਆਤ ਕਰਦੇ ਹਾਂ ਫਿਰ ਇਸ ਚੀਜ਼ ਦੀ। ਫਸਟ ਜਿਹੜਾ ਰਾਈਟ ਦਾ ਮਤਲਬ ਹੁੰਦਾ ਆਪਣੇ ਕੋਲ, ਉਹਨੂੰ ਆਪਾਂ ਕਹਿੰਦੇ ਹਾਂ ਕੁਰੈਕਟ। ਹਾਂਜੀ, ਕੁਰੈਕਟ ਨੂੰ ਆਪਾਂ ਪੰਜਾਬੀ ਵਿੱਚ ਕਹੀਏ ਠੀਕ ਜਾਂ ਫਿਰ ਸਹੀ। ਸੋ ਇੱਕ ਮੀਨਿੰਗ ਫਸਟ ਇਹਦਾ ਆਹ ਹੁੰਦਾ ਵੀ ਰਾਈਟ ਦਾ ਮਤਲਬ ਹੁੰਦਾ ਠੀਕ ਜਾਂ ਫਿਰ ਸਹੀ, ਜਿਹਨੂੰ ਆਪਾਂ ਕੁਰੈਕਟ ਕਹਿੰਦੇ ਹਾਂ। ਇੱਕ ਰਾਈਟ ਆਪਾਂ ਸਾਈਡ ਦੇ ਲਈ ਵੀ ਯੂਜ਼ ਕਰਦੇ, ਜਿਵੇਂ ਲੈਫਟ ਸਾਈਡ ਜਾਂ ਰਾਈਟ ਸਾਈਡ ਹੁੰਦੀ ਆ। ਸੋ ਉਸੇ ਤਰ੍ਹਾਂ ਆਪਾਂ ਇਹਨੂੰ ਰਾਈਟ ਨੂੰ ਯਾਨੀ ਕਿ ਸੱਜਾ ਪਾਸਾ ਇਸ ਸਾਈਡ ਦੀ ਤਰ੍ਹਾਂ ਵੀ ਆਪਾਂ ਰੈਫਰ ਕਰ ਸਕਦੇ ਹਾਂ। ਨੈਕਸਟ ਇਹਦਾ ਮੀਨਿੰਗ ਹੁੰਦਾ, ਜਿਹਦਾ ਸਪੈਲਿੰਗ ਵੀ ਸੇਮ ਹੀ ਹੁੰਦਾ, RAGHT ਹੁੰਦਾ, ਹੁੰਦਾ ਅਧਿਕਾਰ। ਜਿਵੇਂ ਆਪਾਂ ਕਹਿਣਾ ਹੋਵੇ ਇਹ ਮੇਰਾ ਮੌਲਿਕ ਅਧਿਕਾਰ ਆ, ਇਟਸ ਮਾਈ ਬੇਸਿਕ ਰਾਈਟ। ਸਪੈਲਿੰਗ ਸੇਮ ਹੀ ਰਹਿਣਗੇ, ਪ੍ਰੋਨੰਸ਼ੀਏਸ਼ਨ ਸੇਮ ਰਹੂਗੀ, ਬਟ ਪੰਜਾਬੀ ਵਿੱਚ ਇਹਦਾ ਮਤਲਬ ਚੇਂਜ ਹੋ ਜੂਗਾ। ਸੋ ਆਪਾਂ RAGHT ਵਾਲੇ ਰਾਈਟ ਦੇ ਤਿੰਨ ਮਤਲਬ ਵੇਖੇ, ਇੱਕ ਹੁੰਦਾ ਸਾਈਡ ਦੇ ਲਈ ਯੂਜ਼ ਹੁੰਦਾ ਸੱਜਾ ਪਾਸਾ, ਇੱਕ ਆਪਣੇ ਕੋਲ ਜਿਹੜਾ ਸਹੀ ਮਤਲਬ ਕਰੈਕਟ ਦੇ ਲਈ ਯੂਜ਼ ਹੁੰਦਾ, ਇੱਕ ਆਪਣੇ ਯਾਨੀ ਕਿ ਜਿਹੜਾ ਅਧਿਕਾਰ ਦੇ ਲਈ ਯੂਜ਼ ਹੁੰਦਾ। ਇਸ ਤੋਂ ਇਲਾਵਾ ਇਸੇ ਸੇਮ ਪ੍ਰੋਨੰਸ਼ੀਏਸ਼ਨ ਦੇ ਨਾਲ ਦੋ ਹੋਰ ਸਪੈਲਿੰਗ ਚੇਂਜ ਹੋ ਜਾਂਦੇ ਇਸੇ ਰਾਈਟ ਦੇ, ਉਹਨਾਂ ਨੂੰ ਆਪਾਂ ਲਿਖਦੇ ਹੁੰਦੇ WRITE, ਰਾਈਟ। ਮਤਲਬ ਕੋਈ ਚੀਜ਼ ਲਿਖਣਾ ਹੋਵੇ ਉਹਦੇ ਪਰ ਥੋੜ੍ਹਾ ਰਾਈਟ ਦੇ ਉੱਪਰ, ਥੋੜ੍ਹਾ ਆਰ ਦੇ ਉੱਪਰ ਆਪਾਂ ਪ੍ਰੈਸ਼ਰਾਈਜ਼ ਕਰਕੇ ਬੋਲਦੇ ਹਾਂ ਉਹਨੂੰ ਰਾਈਟ। ਓਕੇ, ਸੋ ਇਸੇ ਨੂੰ ਆਪਾਂ ਕਹਿੰਦੇ ਲਿਖਣਾ, ਲਾਈਕ ਰਾਈਟਿੰਗ ਆਪਾਂ ਕਰਦੇ ਹਾਂ ਉਹ ਰਾਈਟਿੰਗ ਦੇ ਸਪੈਲਿੰਗ ਯਾਨੀ ਕਿ ਸਿਮਲਰ ਜਿਹੇ ਹੁੰਦੇ ਆ ING ਦੇ ਨਾਲ, ਬਸ ਇਹਦੇ ਵਿੱਚ ਆਪਣੇ ਕੋਲ ਰਾਈਟ ਲਿਖਣਾ ਹੁੰਦਾ ਆਪਾਂ ਨੂੰ, ਠੀਕ ਹੈ। ਨੈਕਸਟ ਇਹਦਾ ਮੀਨਿੰਗ ਹੁੰਦਾ ਸਪੈਲਿੰਗ ਹੁੰਦੇ RITE, ਬਟ ਇਹਦਾ ਮੀਨਿੰਗ ਚੇਂਜ ਹੋ ਜਾਂਦਾ, ਜੇ ਸਪੈਲਿੰਗ ਚੇਂਜ ਹੋ ਗਏ ਮੀਨਿੰਗ ਵੀ ਚੇਂਜ, ਬਟ ਪ੍ਰੋਨੰਸ਼ੀਏਸ਼ਨ ਸੇਮ ਹੀ ਆ, ਠੀਕ ਹੈ। ਸੋ RITE ਵਾਲੇ ਰਾਈਟ ਨੂੰ ਆਪਾਂ ਕਹਿੰਦੇ ਹਾਂ ਰਿਵਾਜ, ਜਿਵੇਂ ਆਪਾਂ ਕਹਿੰਦੇ ਹਾਂ ਰੀਤੀ ਰਿਵਾਜ ਹੈ ਇੱਥੇ ਯਾਨੀ ਕਿ ਇਸ ਚੀਜ਼ ਦਾ। ਸੋ ਦੀਜ਼ ਆਰ ਦੀ ਰਾਈਟਸ, ਲਾਈਕ ਜੇ ਕਿਸੇ ਹਿੰਦੂ ਆ ਹੈ ਨਾ ਯਾਨੀ ਕਿ ਸਿੱਖ ਧਰਮ ਵਿੱਚ ਯਾਨੀ ਕਿ ਕੋਈ ਰਿਵਾਜ ਹੈਗਾ ਜਾਂ ਫਿਰ ਕਿਸੇ ਵੀ ਧਰਮ ਵਿੱਚ ਕੋਈ ਵੀ ਰਿਵਾਜ ਹੈਗਾ, ਉਹਨਾਂ ਨੂੰ ਰਿਵਾਜ ਨੂੰ ਆਪਾਂ ਇੰਗਲਿਸ਼ ਵਿੱਚ ਕੀ ਕਹਾਂਗੇ? ਰਾਈਟਸ। ਹਾਂਜੀ, ਸੋ ਇਸੇ ਤਰ੍ਹਾਂ ਹੀ ਤੁਹਾਨੂੰ ਕਾਫੀ ਸਾਰੇ ਕਨਫਿਊਜ਼ਨ ਹੁੰਦੀ ਹੋਊਗੀ ਵਰਡਸ ਵਿੱਚ, ਤੁਸੀਂ ਕਮੈਂਟ ਵਿੱਚ ਇਹ ਵਰਡਸ ਲਿਖ ਸਕਦੇ ਹੋ ਜਿੰਨਾ ਵੀ ਤੁਹਾਨੂੰ ਕਨਫਿਊਜ਼ਨ ਹੋਣਗੇ, ਦੈਨ ਮੈਂ ਉਸ ਦੇ ਉੱਪਰ ਵੀਡੀਓ ਬਣਾਊਂਗਾ, ਦੈਨ ਤੁਹਾਨੂੰ ਉਹਦਾ ਸੋਲੂਸ਼ਨ ਦਊਂਗਾ ਵੀ ਆਪਾਂ ਉਹਨਾਂ ਨੂੰ ਯਾਦ ਕਿਵੇਂ ਰੱਖ ਸਕਦੇ ਹਾਂ। ਇਹਨਾਂ ਨੂੰ ਸਪੈਲਿੰਗ ਵਾਈਜ਼, ਪ੍ਰੋਨੰਸ਼ੀਏਸ਼ਨ ਵਾਈਜ਼ ਐਂਡ ਮੀਨਿੰਗ ਵਾਈਜ਼ ਯਾਦ ਰੱਖਣ ਦਾ ਵੇ ਹੁੰਦਾ। ਸੋ ਇਸੇ ਵੇ ਨਾਲ ਤੁਸੀਂ ਆਪਣੀ ਇੰਗਲਿਸ਼ ਨੂੰ ਹੋਰ ਇੰਪਰੂਵ ਕਰ ਸਕਦੇ ਹੋ। ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਸੈਂਟਰ ਵਿਜ਼ਿਟ ਕਰ ਸਕਦੇ ਹੋ, ਆਨੰਦ ਕੋਚਿੰਗ ਸੈਂਟਰ ਕੋਟਪੁਰਾ, ਜਾਂ ਫਿਰ ਹੇਠ ਲਿਖੇ ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹੋ। ਥੈਂਕ ਯੂ।